ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋਰ ਤੇ ਇਸ ਵੀਡੀਓ ਵਿੱਚ ਮੈਂ ਦੱਸਾਂ ਐਨੇ ਇੰਪੋਰਟੈਂਟ ਕੁਐਸਚਨਸ ਇਨਕਲੂਡ ਕੀਤੇ ਹੋਏ ਨੇ ਮਤਲਬ ਕਿ ਐ ਸਮਝ ਲਓ ਕਿ ਡਾਇਰੈਕਟ ਐਗਜ਼ਾਮੀਨਰ ਤੋਂ ਪੁੱਛ ਕੀ ਮੈਂ ਇਸ ਵੀਡੀਓ ਵਿੱਚ ਕੁਐਸਚਨਸ ਇਨਕਲੂਡ ਕੀਤੇ ਨੇ ਸਪੋਰਟਸ ਐਂਡ ਲਿਟਰੇਚਰ ਦੇ ਟੌਪ ਇੰਪੋਰਟੈਂਟ ਐਕਸਪੈਕਟਿਡ ਕੁਐਸਚਨ ਨੇ ਇਹ ਧਿਆਨ ਨਾਲ ਦੇਖ ਲਓ ਤੇ ਰਾਈਟ ਡਾਊਨ ਜ਼ਰੂਰ ਕਰਨੀ ਹੈ ਠੀਕ ਹੈ ਜੇ ਰਾਈਟ ਡਾਊਨ ਨਹੀਂ ਕਰਨੀ ਤਾਂ ਹੁਣੀ ਵੀਡੀਓ ਨੂੰ ਸਕਿਪ ਕਰ ਦਿਓ ਛੱਡ ਦਿਓ ਠੀਕ ਹੈ ਕਿਉਂਕਿ ਇੰਪੋਰਟੈਂਟ ਨੇ ਤੇ ਐਗਜ਼ਾਮ ਵਿੱਚ ਡਾਇਰੈਕਟਲੀ ਇਹਨਾਂ ਵਿੱਚੋਂ ਕੁਐਸਚਨ ओके ਬਿਡੀਓ ਸਟਾਰਟ ਕਰਨ ਤੋਂ ਪਹਿਲਾਂ ਜੇ ਸਾਡਾ WhatsApp ਗਰੁੱਪ ਨਹੀਂ ਜੁਆਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਿੱਤਾ ਉਹ ਜਾ ਕੇ ਵੀ ਐਂਡ ਵਿੱਚ ਜੁਆਇਨ ਕਰ ਲਿਓ ਓਕੇ ਬਸ ਹੁਣ ਓਕੇ ਇਸ ਤੋਂ ਜ਼ਿਆਦਾ ਟਾਈਮ ਤੁਹਾਡਾ ਵੇਸਟ ਨਹੀਂ ਕਰਦਾ ਆਪਾਂ ਜਲਦੀ ਨਾਲ ਕੁਐਸਚਨ ਨੰਬਰ 1 ਸਟਾਰਟ ਕਰ ਲઈએ ਕੁਐਸਚਨ ਨੰਬਰ 1 ਕੀ ਕਹਿੰਦਾ IPL 2022 ਦਾ ਡੈਸ਼ ਐਡੀਸ਼ਨ ਸੀ ਐਡੀਸ਼ਨ ਮਤਲਬ ਕਿ 2022 ਵਿੱਚ ਕਿੰਨੀ ਵਾਰ IPL ਦਾ ਮੈਚ ਹੋਇਆ ਠੀਕ ਹੈ ਤਾਂ ਆਪਸ਼ਨ ਜੇ ਤੁਹਾਨੂੰ ਸਵਾਲ ਦਾ ਜਵਾਬ ਆ ਪਤਾ ਤਾਂ फटाफट ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਵੀ ਦੱਸ ਦਿਓ ਓਕੇ ਤਾਂ ਜਿਹੜਾ ਐਡੀਸ਼ਨ ਸੀ 2022 ਵਿੱਚ ਜਿਹੜਾ ਆਈਪੀਐਲ ਮੈਚੇਸ ਹੋਏ ਸੀ ਕ੍ਰਿਕਟ ਦੇ ਇਹ ਕਿੰਨੀਵੀਂ ਵਾਰ ਹੋਏ ਸੀ ਤਾਂ ਆਪਸ਼ਨ ਨੰਬਰ A 16ਵੀਂ ਵਾਰ ਆਪਸ਼ਨ ਨੰਬਰ B 15ਵੀਂ ਵਾਰ ਆਪਸ਼ਨ ਨੰਬਰ C 14ਵੀਂ ਵਾਰ ਆਪਸ਼ਨ ਨੰਬਰ D 12th ਵਾਰ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ 15ਵਾਂ ਐਡੀਸ਼ਨ ਸੀ ਆਈਪੀਐਲ ਦਾ ਓਕੇ ਇਸ ਤੋਂ ਪਹਿਲਾਂ 14 ਐਡੀਸ਼ਨ ਹੋ ਚੁੱਕੇ ਨੇ ਠੀਕ ਹੈ ਤੇ ਇਸ ਵਿੱਚ Winner ਕਈ ਵਾਰ ਇਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਆਈਪੀਐਲ 2022 ਦਾ Winner ਟੀਮ ਏਡੀਸੀ ਤਾਂ ਯਾਦ ਰੱਖਿਓ ਗੁਜਰਾਤ ਟਾਈਟਨ ਸੀ ਗੁਜਰਾਤ ਟਾਈਟਨ ਨੇ ਇਹ ਜਿਹੜਾ ਮੈਚ ਜਿੱਤਿਆ ਸੀ ਆਈਪਲ ਦਾ ਕੁਐਸਚਨ ਨੰਬਰ 2 ਦੀ ਗੱਲ ਕਰੀਏ ਕਿਹੜੇ ਦੇਸ਼ ਨੇ ਆਈਸੀਸੀ ਮਹਿਲਾ ਦਿਵਸ ਕੱਪ ਜਿੱਤਿਆ ਜਿਹੜਾ ਆਈਸੀਆਈ ਆਈਸੀਸੀ ਮਹਿਲਾ ਕ੍ਰਿਕਟਿੰਗ ਵਨ ਡੇ ਮੈਚ ਹੁੰਦਾ ਹਨਾ ਉਸ ਬਾਰੇ ਪੁੱਛਿਆ ਗਿਆ ਇਸ ਵਿੱਚ ਦਾ ਉਹ ਕਿਹੜੇ ਦੇਸ਼ ਨੇ ਜਿੱਤਿਆ ਸੀ ਉਹ ਆਸਟ੍ਰੇਲੀਆ ਨੇ ਜਿੱਤਿਆ ਸੀ ਠੀਕ ਹੈ ਤੇ ਆਸਟ੍ਰੇਲੀਆ ਨੇ ਕਿਸ ਨੂੰ ਇੰਗਲੈਂਡ ਨੇ ਹਰਾਇਆ ਸੀ ਫਿਰ ਜਿਹੜਾ ਕਿ ਫਾਈਨਲ ਮੈਚ ਉੱਤੇ ਕਬਜ਼ਾ ਕੀਤਾ ਸੀ ਕੀ ਦੋਸਤੋ ਇੱਕ ਗੱਲ ਹੋਰ ਜੇ ਤੁਸੀਂ ਸਪੋਰਟਸ ਐਂਡ ਲਿਟਰੇਚਰ ਦੇ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਬਾਈ ਕਰਨਾ ਚਾਹੁੰਦੇ ਹੋ ਸਿਰਫ 44 ਰੁਪਏ ਵਿੱਚ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰ ਲਓ ਮੇਰੇ ਨਾਲ ਗੱਲ ਕਰ ਲਓ ਫਿਰ ਤੁਸੀਂ ਇਸ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਈ ਕਰ ਸਕਦੇ ਹੋ ਓਕੇ ਕਾਫੀ ਕੈਂਡੀਡੇਟਸ ਨੇ ਆਲਰੇਡੀ ਇਹ ਪੀਡੀਐਫ ਫਾਈਲ ਬਾਈ ਕਰ ਲਈ ਹੈ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੇ ਤੇਰੇ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਪੀਡੀਐਫ ਫਾਈਲ ਜ਼ਰੂਰ ਬਾਈ ਕਰ ਲਓ ਹੁਣ ਆਪਾਂ ਗੱਲ ਕਰੀਏ ਕੁਐਸਚਨ ਨੰਬਰ 3 ਦੀ ਮਹਿਲਾ ਭਾਰ ਠੀਕ ਹੈ ਦੀ ਕੈਪਟਨ ਕੌਣ ਹੈ ਤਾਂ ਆਪਸ਼ਨ ਨੰਬਰ ਏ ਮਿਥਾਲੀ ਰਾਜ ਉਹ ਆਪਸ਼ਨ ਨੰਬਰ ਬੀ ਹਰਮਨਪ੍ਰੀਤ ਕੋਰ ਆਪਸ਼ਨ ਨੰਬਰ ਸੀ ਕਟਰੀਨਾ ਗੈਫ ਕਟਰੀਨਾ ਗੈਫ ਅੱਛਾ ਠੀਕ ਹੈ ਆਪਸ਼ਨ ਨੰਬਰ ਡੀ ਪੀਵੀ ਸਿੰਧੂ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਹਰਮਨਪ੍ਰੀਤ ਕੋਰ ਹੈ ਤੇ ਜੋ ਮਿਥਾਲੀ ਰਾਜ ਆ ਇਹ ਆਪਸ਼ਨ ਨੰਬਰ ਏ ਹੈ ਇਹ ਐਕਸ ਕੈਪਟਨ ਹੈ ਪਹਿਲਾਂ ਕੈਪਟਨਸੀ ਬਟ ਹੁਣ ਇਸ ਨੇ ਜਿਹੜਾ ਕੀ ਸਨਿਆਸ ਲੈ ਲਿਆ ਕਿ ਓਕੇ ਪੁੱਛੇ ਨੰਬਰ 4 ਦੀ ਗੱਲ ਕਰੀਏ 2022 ਵਿੱਚ ਫੀਫਾ ਕੱਪ ਕਿਹੜੇ ਦੇਸ਼ ਵਿੱਚ ਆਯੋਜਿਤ ਕੀਤਾ ਜਾਵੇਗਾ ਮਤਲਬ ਕਿ ਇਸ ਸਾਲ ਹੋਣਾ ਆਈ ਥਿੰਕ ਫੀਫਾ ਕੱਪ ਤਾਂ ਇਹ ਕਿਹੜੇ ਦੇਸ਼ ਵਿੱਚ ਹੋਵੇਗਾ ਯਾਦ ਰੱਖੋ ਫੀਫਾ ਕੱਪ ਹੋਗਾ ਕਤਰ ਵਿੱਚ ਆਪਸ਼ਨ ਨੰਬਰ 3 ਕਤਰ ਵਿੱਚ ਹੋਵੇਗਾ ਤੇ ਐਗਜ਼ਾਮ ਵਿੱਚ ਫੀਫਾ ਦੇ ਰਿਗਾਰਡਿੰਗ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ ਇੱਕ ਵਾਰੀ ਚੰਗੀ ਤਰ੍ਹਾਂ ਗੂਗਲ ਤੇ ਜਾਂ YouTube ਤੇ ਸਰਚ ਕਰ ਲਿਓ ਫੀਫਾ ਰਿਗਾਰਡਿੰਗ ਜਿਹੜੀ ਵੀ ਇੰਪੋਰਟੈਂਟ ਚੀਜ਼ਾਂ ਬਣਦੀ ਹੈ ਰਾਈਟ ਡਾਉਨ ਕਰ ਲਿਓ ਓਕੇ ਫੀਫਾ ਕੱਪ ਫੁੱਟਬਾਲ ਦੇ ਨਾਲ ਰਿਲੇਟਡ ਹੈ ਕਈ ਵਾਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਫੀਫਾ ਕੱਪ ਹੈ ਇਹ ਕਿਹੜੀ ਗੇਮ ਨਾਲ ਰਿਲੇਟਡ ਹੈ ਤਾਂ ਯਾ ਦੇ ਮੈਚ ਜਾਂ ਟੂਰਨਾਮੈਂਟ ਨਾਲ ਰਿਲੇਟਡ ਪਾਸ ਨੰਬਰ 5 ਦੀ ਗੱਲ ਕਰੀਏ 2023 ਦੀ ਖੇਲੋ ਇੰਡੀਆ ਯੂਥ ਗੇਮਸ ਹੈ ਜਿਹੜੀ ਆ ਉਹ ਕਿਹੜੇ ਸ਼ਹਿਰ ਵਿੱਚ ਆਯੋਜਿਤ ਹੋਣਗੇ ਆ ਠੀਕ ਹੈ 2023 ਵਿੱਚ ਹੋਣਗੇ ਕਿਹੜੇ ਸ਼ਹਿਰ ਵਿੱਚ ਹੋਣਗੇ ਖੇਲੋ ਇੰਡੀਆ ਯੂਥ ਗੇਮਸ ਉਹ ਹੋਣਗੇ ਮੱਧ ਪ੍ਰਦੇਸ਼ ਵਿੱਚ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਠੀਕ ਹੈ ਤੇ ਜਿਹੜੀ ਇਹ 2023 ਵਿੱਚ ਗੇਮਾਂ ਹੋਣਗੇ ਖੇਲੋ ਇੰਡੀਆ ਯੂਥ ਯੁਵਾ ਖੇਡਾਂ ਹੋਣਗੇ ਇਹ ਪੰਜਵਾਂ ਐਡੀਸ਼ਨ ਹੈ ਮਤਲਬ ਕਿ ਇਹ ਪੰਜਵੀਂ ਵਾਰ ਹੋਣੀ ਹੈ ਠੀਕ ਹੈ ਜੀ ਮਾ ਕੁਐਸਚਨ ਨੰਬਰ 7 ਦੀ ਗੱਲ ਕਰੀਏ ਕਿਹੜੇ ਰਾਜ ਨੇ ਵਿਜੇ ਹਜ਼ਾਰੀ ਟਰੋਫੀ ਜਿੱਤੀ ਹੈ ਤਾਂ ਵਿਜੇ ਹਜ਼ਾਰੀ ਟਰੋਫੀ ਟੂਰਨਾਮੈਂਟ ਕਿਹੜੀ ਰਾਜ ਨੇ ਜਿੱਤਿਆ ਹੈ ਤਾਂ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਹਿਮਾਚਲ ਪ੍ਰਦੇਸ਼ ਨੇ ਇਹ ਵਿਜੇ ਹਜ਼ਾਰੀ ਟਰੋਫੀ ਜਿੱਤੀ ਹੈ ਤੇ ਇਹ ਵੀ ਯਾਦ ਰੱਖੋ ਵਿਜੇ ਹਜ਼ਾਰੀ ਟਰੋਫੀ ਜਿਹੜੀ ਇਹ ਕਿਸ ਦੇ ਨਾਲ ਰਿਲੇਟਡ ਹੈ ਕਿਹੜੀ ਗੇਮ ਨਾਲ ਹੈ ক্রিকেট ਗੇਮ ਨਾਲ ਐਗਜ਼ਾਮ ਵਿੱਚ ਕਈ ਵਾਰ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਕਿਸੇ ਵੀ ਟਰੋਫੀ ਦਾ ਨਾਮ ਲਿਆ ਜਾਵੇਗਾ ਤੇ ਉਹ ਪੁੱਛਿਆ ਜਾਵੇਗਾ ਕਿਹੜੀ ਖੇਡ ਨਾਲ ਇਹ ਸਬੰਧਿਤ ਹੈ ਭੀਜੇ ਹਜ਼ਾਰੀ ਦਾ ਜੇ ਅਗਾ ਐਗਜ਼ਾਮ ਵਿੱਚ ਕੁਐਸਚਨ ਕਿ ਵਿਜੇ ਹਜ਼ਾਰੀ ਟ੍ਰੋਫੀ ਕਿਹੜੀ ਗੇਮ ਨਾਲ ਸੰਬੰਧਿਤ ਹੈ ਤਾਂ ক্রিকেট ਤੁਸੀਂ ਯਾਦ ਰੱਖੋ ਕੁਐਸਚਨ ਨੰਬਰ 17 ਸੱਤ ਦੀ ਗੱਲ ਕਰੀਏ ਕਿਹੜੇ ਦੇਸ਼ ਨੇ 2022 ਮਹਿਲਾ ਏਸ਼ੀਆ ਕੱਪ ਹਾਕੀ ਅਤੇ ਯਾਦ ਰੱਖੋ ਹਾਕੀ ਦੀ ਗੱਲ ਕਰੀਏ ਏਸ਼ੀਆ ਗੇਮਜ਼ ਵਿੱਚ ਹਾਕੀ ਦਾ ਟੂਰਨਾਮੈਂਟ ਹੁੰਦਾ ਹੈ ਠੀਕ ਹੈ ਤੇ ਇਸ ਦੀ ਮੇਜਬਾਨੀ ਕਿਹੜੇ ਦੇਸ਼ ਨੇ ਕੀਤੀ ਸੀ ਆਪਸ਼ਨ ਨੰਬਰ A Oman ਆਪਸ਼ਨ ਨੰਬਰ B America ਆਪਸ਼ਨ ਨੰਬਰ C Iran ਆਪਸ਼ਨ ਨੰਬਰ D Japan ਇਸ ਦਾ ਰਾਈਟ ਆਨਸਰ ਹੋਵੇਗਾ Oman is the right answer ਹੈ ਠੀਕ ਹੈ ਕੁਐਸਚਨ ਨੰਬਰ 8 ਦੀ ਗੱਲ ਕਰੀਏ ਪੀ ਵੀ ਸਿੰਧੂ ਕਿਸ ਖੇਡ ਨਾਲ ਸੰਬੰਧਿਤ ਹੈ ਕਾਫੀ ਇੰਪੋਰਟੈਂਟ ਨਾਮ ਹੈ ਇਹ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਦੇਖੀਏ ਤਾਂ ਯਾਦ ਰੱਖਿਓ ਪੀ ਵੀ ਸਿੰਧੂ ਕਿਸ ਖੇਡ ਨਾਲ ਸੰਬੰਧਿਤ ਹੈ ਇਹ ਪੀ ਵੀ ਸਿੰਧੂ ਜੋ ਬੈਡਮਿੰਟਨ ਦੀ ਗੇਮ ਦੀ ਖਿਡਾਰਣ ਹੈ ਠੀਕ ਹੈ ਇਸ ਤੋਂ ਇਲਾਵਾ ਕਈ ਵਾਰ ਐਗਜ਼ਾਮ ਵਿੱਚ ਕਿਸੇ ਵੀ ਪਲੇਟ ਦਾ ਸ਼ਹਿਰ ਪੁੱਛਿਆ ਜਾਂਦਾ ਵੀ ਕਿਹੜੇ ਰਾਜ ਨਾਲ ਸੰਬੰਧਿਤ ਹੈ ਤਾਂ ਪੀ ਵੀ ਸਿੰਧੂ ਇਹ ਜੋ ਤੇਲਗਾਨਾ ਨਾਲ ਸੰਬੰਧਿਤ ਹੈ ਤੇਲਗਾਨਾ ਦੀ ਰਹਿਣ ਵਾਲੀ ਹੈ ਠੀਕ ਹੈ ਕੁਐਸਚਨ ਨੰਬਰ 9 ਦੀ ਗੱਲ ਕਰੀ ਰਾਸ਼ਟਰ ਮੰਡਲ ਖੇਡਾਂ ਕਦੋਂ ਸ਼ੁਰੂ ਹੋਈ ਸੀ ਇਗਜ਼ਾਮ ਵਿੱਚ ਰਾਸ਼ਟਰ ਮੰਡਲ ਵੀ ਲਿਖਿਆ ਆ ਸਕਦਾ ਹੈ ਜਾਂ ਕਾਮਨ ਵੈਲਥ ਗੇਮਸ ਵੀ ਲਿਖਿਆ ਆ ਸਕਦਾ ਤਾਂ ਇੱਕੋ ਮਤਲਬ ਹੈ ਦੋਨਾਂ ਦਾ ਕਨਫਿਊਜ਼ਨ ਹੋਇਆ ਤੇ ਇਹ ਸਭ ਤੋਂ ਪਹਿਲਾਂ ਕਦੋਂ ਸ਼ੁਰੂ ਹੋਈਆਂ ਸੀ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ 1930 ਈਸਵੀ ਵਿੱਚ ਇਹ ਸਟਾਰਟ ਹੋਈਆਂ ਸੀ ਤੇ ਕਈ ਵਾਰ ਇਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਜਿਹੜੀ ਕਾਮਨ ਵੈਲਥ ਗੇਮਸ ਨੇ ਇਹ ਕਿੰਨੇ ਸਾਲਾਂ ਬਾਅਦ ਕਰਵਾਈ ਜਾਂਦੀ ਹੈ ਤਾਂ ਹਰ 4 ਸਾਲ ਬਾਅਦ ਉਹ ਮਨੂੰ ਵੈਲਥ ਯਾ ਰਾਸ਼ਟਰੀ ਮੰਡਲ ਗੇਮਸ ਹੈ ਕਰਵਾਈਆਂ ਜਾਂਦੀਆਂ ਨੇ। ਕੁਐਸਚਨ ਨੰਬਰ 10 ਦੀ ਗੱਲ ਕਰੀ ਰਾਸ਼ਟਰੀ ਮੰਡਲ ਖੇਡ 2022 ਦੇ ਉਦਘਾਟਨ ਸਮਾਰੋਹ ਵਿੱਚ ਭਾਰਤੀ ਝੰਡਾ ਬਰਾਦਰ ਕੌਣ ਸੀ? ਮਤਲਬ ਕਿ ਜਦੋਂ ਗੇਮ ਇਹ ਸਟਾਰਟ ਹੋਈ ਸੀ 2022 ਦੀਆਂ ਇਹ ਰਾਸ਼ਟਰੀ ਕਾਮਨਵੈਲਥ ਗੇਮਸ ਸਟਾਰਟ ਹੋਈਆਂ ਸੀ ਉਸ ਟਾਈਮ ਕੀ ਆ ਜਿਹੜੇ ਵੀ ਕੰਟਰੀ ਦੇ ਖਿਡਾਰੀ ਹੁੰਦੇ ਨੇ ਉਹੋ ਆਪਣੇ ਆਪਣੇ ਦੇਸ਼ ਦਾ ਝੰਡਾ ਲੈ ਕੇ ਫੈਰ ਆਉਂਦੇ ਨੇ। ਉਸ ਨੂੰ ਕੀ ਕਹਿੰਦੇ ਨੇ ਜਾਂ ਤਾਂ ਦਵਜਵਾਹ ਕਹਿ ਲੈਂਦਾ ਇਹਦਾ ਝੰਡਾ ਵਰਦਾਰ ਕਿਹਾ ਜਾਂਦਾ ਠੀਕ ਹੈ ਤਾਂ ਭਾਰਤ ਵੱਲੋਂ ਕਿਹੜੇ ਤੋਂ ਪਲੇਅਰਾਂ ਨੇ ਇਹ ਝੰਡਾ ਜਿਹੜਾ ਝੰਡਾ ਸਰਮਨੀ ਹੁੰਦੀ ਹੈ ਇਹ ਕੀਤੀ ਸੀ ਤਾਂ ਉਹ ਕੀਤੀ ਸੀ অপਸ਼ਨ ਨੰਬਰ ਬੀ ਪੀਵੀ ਸਿੰਧੂ ਤੇ ਨਿਗਰ ਚੋਪੜਾ ਨੇ ਓਪਨਿੰਗ ਸਰਮਨੀ ਤੇ ਝੰਡਾ ਫੈਰਾਇਆ ਸੀ ਭਾਰਤ ਦਾ ਠੀਕ ਹੈ ਕਾਮਨਵੈਲਥ ਗੇਮ ਤੁਸੀਂ ਯਾਦ ਰੱਖੋ ਇਹ ਚੀਜ਼ ਇਸੋ ਵਧੇ ਵੀ ਪੁਆਇੰਟ ਯਾਦ ਰੱਖੋ ਐਗਜ਼ਾਮ ਵਿੱਚ ਕਈ ਵਾਰ ਪੁੱਛਿਆ ਜਾਂਦਾ ਵੀ ਕਿਹੜਾ ਖਿਡਾਰੀ ਕਿਹੜੀ ਗੇਮ ਨਾਲ ਰਿਲੇਟਡ ਹੈ ਤਾਂ ਜੋ ਮਨਪ੍ਰੀਤ ਦਾ ਨਾਮ ਆ ਰਿਹਾ ਆਪਸ਼ਨਾਂ ਵਿੱਚ ਮਨਪ੍ਰੀਤ ਸਿੰਘ ਇਹ ਹੋਕੀ ਟੀਮ ਦਾ ਕਪਤਾਨ ਹੈ ਠੀਕ ਹੈ ਨੀਰ ਚੋਪੜਾ ਇਹ ਪਾਲਾ ਸੁੱਟ ਜੈਵਲਿਨ ਥਰੋਅਰ ਹੈ ਤੇ ਅਭਿਮਨੂ ਮਿਸ਼ਰਾ ਜਿਹੜਾ ਇਹ ਚੈਸ ਮਾਸਟਰ ਹੈ ਠੀਕ ਹੈ ਯਾਦ ਰੱਖਿਓ ਪਾਸਾ ਨੰਬਰ 11 ਦੀ ਗੱਲ ਕਰੀਏ ਕੋਕੋ ਖੇਡਾਂ ਵਿੱਚ ਕਿੰਨੇ ਖਿਡਾਰੀ ਹੁੰਦੇ ਨੇ ਈਜ਼ੀ ਕੁਐਸਚਨ ਹੈ ਤੇ ਬਹੁਤ ਵਾਰ ਐਗਜ਼ਾਮ ਵਿੱਚ ਰਿਪੀਟ ਹੋ ਚੁੱਕਿਆ ਹੈ ਕਿਉਂਕਿ ਆਪਾਂ ਈਜ਼ੀ ਕੁਐਸਚਨ ਤੇ ਜ਼ਿਆਦਾ ਧਿਆਨ ਨਹੀਂ ਦੇਂਦੇ ਤਾਂ ਅਗਰ ਕਿ ਹੁਣ ਧਿਆਨ ਦੇ ਲੋ ਕੋਖੋ ਦੀ ਗੇਮ ਵਿੱਚ ਕਿੰਨੇ ਖਿਡਾਰੀ ਹੁੰਦੇ ਨੇ অপਸ਼ਨ ਨੰਬਰ ਡੀ ਰਾਈਟ ਆਨਸਰ ਹੈ ਨੋ ਖਿਡਾਰੀ ਹੁੰਦੇ ਨੇ ਠੀਕ ਹੈ ਕੁਐਸਚਨ ਨੰਬਰ 12 ਦੀ ਗੱਲ ਕਰੀਏ ਜੋਤੀ ਰੰਧਾਵਾ ਕਿਸ ਖੇਡ ਨਾਲ ਸੰਬੰਧਿਤ ਹੈ ਕਾਫੀ ਪ੍ਰਚਲਿਤ ਨਾਮ ਹੈ న్యూਸ ਵਿੱਚ ਕਾਫੀ ਰਿਹਾ ਇਹ ਨਾਮ ਤਾਂ ਦੱਸੋ ਵੀ ਕਿਹੜੀ ਗੇਮ ਨਾਲ ਸੰਬੰਧਿਤ ਹੈ ਇਹ ਤਾਂ অপਸ਼ਨ ਨੰਬਰ ਏ ਕ੍ਰਿਕਟੋ অপਸ਼ਨ ਨੰਬਰ ਬੀ ਹਾਕੀ অপਸ਼ਨ ਨੰਬਰ ਸੀ 골ਫ অপਸ਼ਨ ਨੰਬਰ ਡੀ ਬੈਡਮਿੰਟਨ ਤਾਂ ਜੋਤੀ ਰੰਧਾਵਾ ਇਹ 골ਫ ਗੇਮ ਨਾਲ ਸੰਬੰਧਿਤ ਹੈ ਕਵੈਸਚਨ ਨੰਬਰ 13 ਦੀ ਗੱਲ ਕਰੀਏ ਸੰਤੋਸ਼ ਟਰਾਫੀ ਕਿਸ ਖੇਡ ਨਾਲ ਸੰਬੰਧਿਤ ਹੈ ਤਾਂ ਆਪਸ਼ਨ ਨੰਬਰ A শুটিং ਆਪਸ਼ਨ ਨੰਬਰ B ਫੁੱਟਬਾਲ ਆਪਸ਼ਨ ਨੰਬਰ C ਕ੍ਰਿਕਟ ਆਪਸ਼ਨ ਨੰਬਰ D ਮੁੱਕੇਬਾਜ਼ੀ ਸੰਤੋਸ਼ ਟਰਾਫੀ ਆ ਜੋ ਫੁੱਟਬਾਲ ਨਾਲ ਸੰਬੰਧਿਤ ਹੈ ਮਤਲਬ ਇਹ ਫੁੱਟਬਾਲ ਦਾ ਟੂਰਨਾਮੈਂਟ ਹੁੰਦਾ ਹੈ ਜੋ ਵੀ ਟੀਮ ਜਿੱਤਦੀ ਹੈ ਇਸ ਟੂਰਨਾਮੈਂਟ ਨੂੰ ਉਸ ਨੂੰ ਸੰਤੋਸ਼ ਟਰਾਫੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਓਕੇ ਯਾਦ ਰੱਖਿਓ ਕਵੈਸਚਨ ਨੰਬਰ 14 ਦੀ ਗੱਲ ਕਰੀਏ ਵਰਤਮਾਨ ਟਰਾਫੀ ਡੈਸ਼ ਖੇਡ ਨਾਲ ਸੰਬੰਧਿਤ ਹੈ ਅ ਵਰਤਮਾਨ ਆਪਸ਼ਨ ਨੰਬਰ ਏ ਮੁਕੇਵਾਜੀ ਆਪਸ਼ਨ ਨੰਬਰ ਬੀ weight lifter ਆਪਸ਼ਨ ਨੰਬਰ ਸੀ শুটিং ਆਪਸ਼ਨ ਨੰਬਰ ਡੀ ਓਕੇ ਜਿਹੜੀ ਵਰਤਮਾਨ ਟਰੋਫੀ ਹੈ ਇਹ ਆਪਸ਼ਨ ਨੰਬਰ ਬੀ weight lifting ਦੀ ਟਰੋਫੀ ਹੈ ਮਤਲਬ ਜਿਹੜਾ ਵੀ ਕੈਂਡੀਡੇਟ ਹੈ weight lifting ਵਿੱਚ ਜਿੱਨਰ ਹੁੰਦਾ ਹੈ ਜਿੰਨਰ ਬਣਦਾ ਹੈ ਹੈਨਾ ਉਸ ਨੂੰ ਵਰਤਮਾਨ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਕੁਐਸਚਨ ਨੰਬਰ 15 ਦੀ ਗੱਲ ਕਰੀਏ ਚਿੱਟਾ ਲਹੂ ਨਾਵਲ ਇਸ ਦੁਆਰਾ ਲਿਖਿਆ ਗਿਆ ਕਾਫੀ ਇੰਪੋਰਟੈਂਟ ਹੈ एग्जाम ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਇਹ ਕੁਐਸਚਨ ਤਾਂ ਕਰਕੇ ਯਾਦ ਰੱਖਿਓ ਜਿਹੜਾ ਚਿੱਟਾ ਲਹੂ ਕਵਿਤਾ ਹੈ ਜਾਂ ਨਾਵਲ ਹੈ ਇਹ ਇਹ ਕਿਹਨੇ ਲਿਖੀ ਸੀ ਨਾਨਕ ਸਿੰਘ ਦੁਆਰਾ ਲਿਖੀ ਗਈ ਸੀ